ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਦੋ ਤਿੰਨ ਦਿਨ ਪਹਿਲਾਂ ਇਹ ਜਿਹੜੇ ਦਿੱਲੀ ਦੇ ਸੋ ਕਾਲਡ ਸਿੱਖ ਲੀਡਰ ਬਣੇ ਹੋਏ ਆ, ਜਿਹਨਾਂ ਨੂੰ ਅੰਗਰੇਜ਼ਾਂ ਦੇ ਉੱਪਰ ਚੋਟੀ ਵੀ ਕਿਹਾ ਜਾਂਦਾ ਸੀ, ਝੋਲੀ ਚੁੱਕ ਵੀ ਕਿਹਾ ਜਾਂਦਾ ਸੀ, ਇਹ ਸਾਰੇ ਝੋਲੀ ਚੁੱਕ ਇਕੱਠੇ ਹੋ ਕੇ ਹਿੰਦੁਸਤਾਨ ਦੇ ਮਿਨਿਸਟਰ ਆਫ ਸਟੇਟ ਕੋਲ ਗਏ। ਉਹਨੂੰ ਇਹ ਝੋਲੀ ਚੁੱਕ ਚਿੱਠੀ ਦਿੰਦੇ ਪਏ ਨੇ ਵੀ ਸਾਨੂੰ ਇਜਾਜ਼ਤ ਦਿੱਤੀ ਜਾਏ, ਦਸਮ ਪਾਤਸ਼ਾਹ ਦੇ ਬਖਸ਼ਿਓ ਇੱਕ ਕਾਰ ਅਸੀਂ ਹਿੰਦੁਸਤਾਨ ਦੇ ਵਿੱਚ ਪਾ ਸਕੂੰਗੇ। ਇਸ ਤੋਂ ਵੱਡੀ ਸ਼ਰਮ ਔਰ ਵਾਹ ਯਾਦ ਗੱਲ ਕਦੀ ਹੋ ਸਕਦੀ ਹੈ? ਅੱਜ ਇੱਥੋਂ ਤੱਕ ਨੌਬਤ ਪਹੁੰਚ ਗਈ ਹੈ ਬਈ 90% ਸ਼ਹੀਦੀਆਂ ਦੇਣ ਵਾਲੀ ਕੌਮ ਨੂੰ ਇਹਨਾਂ ਕੋਲ ਇਜਾਜ਼ਤ ਲੈਣੀ ਪਏਗੀ ਵੀ ਅਸੀਂ ਕਕਾਰ ਵੀ ਪਾ ਸਕਦੇ ਹਾਂ ਕਿ ਨਹੀਂ ਪਾ ਸਕਦੇ ਹਾਂ। ਔਰ ਮੰਗਣ ਵਾਲੇ ਕੌਣ ਹਨ? ਜਿਹੜੇ ਇਹਨਾਂ ਦੇ ਝੋਲੀ ਚੁੱਕਣ, ਜਿਹੜੇ ਕਹਿੰਦੇ ਨੇ ਬੜੇ ਵਧੀਆ ਕੰਮ ਕਰਦੇ ਹਨ, ਕਿਸੇ ਦੀ ਜ਼ੁਬਾਨ ਖੁੱਲ੍ਹੀ ਹੈ ਵੀ ਇੱਕ ਸਿੱਖ ਬ੍ਰਿਗੇਡੀਅਰ ਦੀ ਧੀ ਦੇ ਨਾਲ ਜੋ ਦੁਰਾਚਾਰ ਭੁਵਨੇਸ਼ਵਰ ਦੇ ਥਾਣੇ ਦੇ ਵਿੱਚ ਹੋਇਆ, ਇਹਨਾਂ ਦੀ ਜ਼ੁਬਾਨ ਖੁੱਲ੍ਹੀ ਹੈ? ਕੋਈ ਕਲਕੱਤੇ ਦਾ ਮਾੜਾ ਇੱਕ ਹਾਦਸਾ ਹੋਇਆ, ਉਸ ਵਕਤ ਤੁਸੀਂ ਭਲੇ ਬੜੇ ਬੋਲੇ ਸੋ ਕਿ ਸਰਕਾਰ ਨੇ ਤੁਹਾਨੂੰ ਮਨਾ ਕੀਤਾ ਹੋਇਆ ਬਈ ਇਸ ਇਸ਼ੂ 'ਤੇ ਬੋਲਣਾ, ਇਸ ਇਸ਼ੂ 'ਤੇ ਨਹੀਂ ਬੋਲਣਾ। ਤੁਸੀਂ ਹੈਗੇ ਹੋ ਸਾਰੇ ਵਿਕੇ ਹੋਏ ਸਮਾਨ, ਜ਼ਮੀਰ ਫਰੋਸ਼ ਹੋ, ਜ਼ਮੀਰ ਤੁਹਾਡੀ ਵਿਕੀ ਹੋਈ ਹੈ। ਵਿਕਿਆ ਹੋਇਆ ਬੰਦਾ ਕਦੇ ਨਾ ਆਪਣਾ ਭਲਾ ਕਰ ਸਕਦਾ, ਨਾ ਕੌਮ ਦਾ ਭਲਾ ਕਰ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।